वेलकम टू द चैनल, यू आर वॉचिंग मोना सतना, माई नेम इज मनदीप। गाइज आज तुम वेख रहे हो बहुत ही ब्यूटीफुल जी बैकग्राउंड। असी आए हुए हैं ऋषिकेश में, एक पिकनिक स्पॉट आ गोवा वाला बीच ते न्यूली मैरिड कपल लवप्रीत एंड गुरविंदर आ रहे हैं। हाँ इंजॉय किया पूरा। जिन्होंने मेरा लास्ट व्लॉग वेखिया, जिन्हों की वैडिंग हुई सी, वो इत्थे आए हुए ने। जो तुसी नहीं वेखिया जाके चैक करो। तो थोड़े दिनों तो मेरा तबीयत खराब चलन डई सी, फेस से थोड़ा इन्फेक्शन जहा हो गया सी, सो वीडियो दी लेट हो गए, सॉरी फॉर दैट। जेकर तुसी गोवा का मजा उत्तराखंड से लेना चाहते हो, मस्ट कम हेयर। ਸਤਨਾਮ ਤੁਸੀਂ ਕੀ ਸੋਚ ਪਏ ਹੋ? ਸ਼ਰਨ ਹਮ ਉਹਨੂੰ ਵੇਖਣਾ ਹੈ ਬੱਚੇ ਨੂੰ। ਹਾਂ ਚਨਾਈ ਦੀ ਆਟੇ ਦੀ ਗੋਲੀਆਂ ਦਾ ਵੇਚ ਕੇ ਆਪੇ ਖੇਡਣ ਲੱਗ ਗਿਆ। ਹਾਂ ਉੱਥੇ ਭੇਜਿਆ ਨਾ ਕਿਸੇ ਨੇ ਕਿ ਆਟੇ ਦੀਆਂ ਗੋਲੀਆਂ ਵੇਚ ਕੇ ਆ, ਕੋਈ ਖੇਡੇ ਲੱਗ ਗਿਆ। ਹਾਂ ਮੈਂ ਥੋੜਾ ਇੰਜੋਏ ਕਰ ਰਹੀ ਹਾਂ। ਹਾਂ ਨੀਂਦ ਨੀਂਦ ਜਿੰਨੀ ਹੈ ਬੱਚੇ ਬੜਿਆ। ਨਾਮ ਕੀ ਹੈ ਤੁਹਾਡਾ? क्या नाम है?
ਸਵਾਂਗੀ ਸਵਾਂਗੀ ਨੂੰ ਕੁਝ ਦੇ ਦਿਓ ਖਾਣ ਨੂੰ ਹੈਗਾ ਮੇਰੇ ਟੌਫੀਆਂ ਹੈਗੀਆਂ ਨੇ ਮੈਂ ਦੇਣੀ ਆ ਇਹ ਲਓ ਟੌਫੀ ਦੀਦੀ ਲੈ ਲਓ ਆਟੇ ਗੋਲੀ ਹਾਂ ਮਛੀਆਂ ਕੋਲ ਇਹ ਗੋਲੀ ਮਛੀਆਂ ਤਾਂ ਹੈ ਵੀ ਨਹੀਂ ਕਾਹ ਕੇ ਲੈਣਗੇ वाटरफॉल रस्ता बहुत डेंजरस आ बी वेरी वेरी केयरफुल आ देखो आ रस्ता जाना उत्ते हुण मैं उत्ते चलन लगी हां इथों तुसी मेरे नाल आओ इंजॉय करने आ रस्ता बहुत डेंजर आ इज द वे अमृतसर च कदी दिसिया तुहानू एवें इन्नी ग्रीनरी ते पानी वेखो हां जगह जगह ते मैगी पॉइंट बने हुए ने सा ही चढ़ गया शरण किवें लग्या आज मेरा इवनिंग का वर्कआउट इतना ही होन दिया हाँ सही बात ओहो हेमकुंड भी आ गई है बिल्कुल रास्ता शरण कांगरिया तो उत्ते जड़ी हेमकुंड की चढ़ाई है ना आ ही चीज है हेमकुंड से आप चलेंगे हाय खानी मैगी सतनाम इतने ही मैं इतने मेरे मुंह तो छाले निकल गए।
ਵਧੀਆ ਜਿਹਾ ਬਣਾ ਦਿਓ। ਮੈਂ ਤੇ ਚਲੋ ਡਾਈਟ ਤੇ ਚੱਲਣ ਰਹੀ ਆ ਤੇ ਅੱਜ ਮੇਰੀ ਕਿਚਨ ਵਿੱਚ ਬਣਨ ਵਾਲਾ ਵਾਈਟ ਸੌਸ ਪਾਸਤਾ। ਜਿਹੜੀਆਂ ਰੈਸਿਪੀਜ਼ ਮੈਨੂੰ ਮਤਲਬ ਖੁਦ ਦੀਆਂ ਬਣਾਈਆਂ ਪਸੰਦ ਨੇ ਤੇ ਮੈਨੂੰ ਲੱਗਦਾ ਹੈ ਕਿ ਉਹਨੂੰ ਸ਼ੇਅਰ ਕਰਨੇ ਚਾਹੀਦੇ ਨੇ, ਮੈਂ ਉਹ ਡਿਸ਼ ਤੁਹਾਨੂੰ ਸ਼ੇਅਰ ਕਰਦੀ ਆ। ਤਾਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂਗੀ ਇਨਗਰੀਡੀਐਂਟਸ, ਉਸ ਤੋਂ ਬਾਅਦ ਰੈਸਿਪੀ ਸ਼ੇਅਰ ਕਰਦੇ ਹਾਂ। ਸੋ ਵਿਦਆਊਟ ਐਨੀ ਫਰਦਰ ਡਿਲੇ ਲੈਟਸ ਗੈਟ ਸਟਾਰਟਡ। ਵਾਈਟ ਸੌਸ ਪਾਸਤਾ ਬਣਾਉਣ ਲਈ ਸਾਨੂੰ ਚਾਹੀਦਾ ਹੈ ਅਮੂਲ ਬਟਰ, ਬਰੀਕ ਕੱਟਿਆ ਹੋਇਆ ਲਸਣ, ਚੌਪਡ ਅਨੀਅਨ, ਆਹ ਕੁਛ ਸ਼ਿਮਲਾ ਮਿਰਚ ਨੇ ਬਰੀਕ ਕੱਟੀਆਂ ਹੋਈਆਂ, ਇੱਕ ਗਲਾਸ ਮਿਲਕ, ਚੀਜ਼ ਅਮੂਲ ਦਾ ਹੈ, ਆਹ ਮੇਰੇ ਕੋਲ ਮਯੋਨੀ ਹੈ ਫਨ ਐਂਡ ਫੂਡ ਦੀ ਵੈਜ ਮਯੋਨੀਜ਼, ਜਿਹੜੀ ਤੁਹਾਡੇ ਕੋਲ ਯੂਜ਼ ਕਰ ਸਕਦੇ ਹੋ। ਚੰਗੀ ਤਰ੍ਹਾਂ ਦਿਖਾ ਦੇਵਾਂ ਤੁਹਾਨੂੰ, ਤੁਹਾਡੇ ਕੋਲ ਜਿਹੜੀ ਹੋਈ ਯੂਜ਼ ਕਰ ਸਕਦੇ ਹੋ, ਡਜ਼ਨਟ ਮੈਟਰ। ਆਲ ਰਾਈਟ, ਆਹ ਮਸਾਲੇ ਨੇ ਮੇਰੇ ਕੋਲ, ਘਰ ਦੀਆਂ ਚਿੱਲੀ ਫਲੇਕਸ ਨੇ, ਬਲੈਕ ਪੈਪਰ ਪਿਸੀ ਹੋਈ, ਓਰੀਗੈਨੋ ਲੀਵਸ ਅਤੇ ਸਾਲਟ ਟੇਸਟ ਅਨੁਸਾਰ। ਸਭ ਤੋਂ ਇੰਪੋਰਟੈਂਟ, 200 ਗ੍ਰਾਮ ਬੋਇਲਡ ਪਾਸਤਾ ਬਹੁਤ ਗਰਮਾ ਗਰਮ ਹੈ, ਥੋੜ੍ਹਾ ਠੰਡਾ ਹੋਣ ਲਈ ਇੱਕ ਸਾਈਡ ਰੱਖ ਦਿੰਦੇ ਹਾਂ। ਹਾਈ ਫਲੇਮ 'ਤੇ ਕੜਾਹੀ ਰੱਖ ਦਿੰਦੇ ਹਾਂ, ਜੇ ਥੋੜ੍ਹਾ ਪਾਣੀ ਹੈ ਇਹ ਚੰਗੀ ਤਰ੍ਹਾਂ ਸੁੱਕ ਜਾਏ, ਜੋ ਡਰਾਈ ਹੋ ਗਿਆ, ਕੜਾਹੀ ਗਰਮ ਹੋ ਗਈ, ਇਹਦੇ ਵਿੱਚ ਉਹਨੂੰ ਬਟਰ ਪਾ ਦਿੰਦੇ ਹਾਂ। ਨਾਲ ਨਾਲ ਮੈਨੂੰ ਬੋਲਣ ਦੀ ਤਾਂ ਵੈਸੇ ਜ਼ਰੂਰਤ ਨਹੀਂ ਹੈਗੀ ਕਿਉਂਕਿ ਤੁਸੀਂ ਵੇਖ ਹੀ ਰਹੇ ਹੋ। ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਬਰੀਕ ਕੱਟਿਆ ਹੋਇਆ ਲਸਣ ਐਡ ਕਰ ਦਿੰਦੇ ਹਾਂ, ਬਿਲਕੁਲ, ਕਿਉਂਕਿ ਇਹਨੂੰ ਜ਼ਿਆਦਾ ਗਰਮ ਤਾਂ ਕਰਨਾ ਨਹੀਂ ਗਾ, ਬਟਰ ਨੂੰ ਨਾਲੋਂ ਨਾਲ ਚਲਾਉਣਾ ਹੈ। ਹੁਣ ਇਹਦੇ ਵਿੱਚ ਅਸੀਂ ਅਨੀਅਨ ਪਾ ਦੇਵਾਂਗੇ, ਨਾਲ ਨਾਲ ਹਿਲਾਉਂਦੇ ਰਹਿਣਾ, ਫਲੇਮ ਥੋੜ੍ਹੀ ਤੇਜ਼ ਰੱਖਣੀ ਹੈ। ਜਦੋਂ ਪਿਆਜ਼ ਲਸਣ ਚੰਗੀ ਤਰ੍ਹਾਂ ਪੁੱਜ ਜਾਏ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰਾਂਗੇ। ਸ਼ਿਮਲਾ ਮਿਰਚ ਨੂੰ ਪੂਰੀ ਤਰ੍ਹਾਂ ਪਕਾਉਣਾ ਨਹੀਂ ਗਾ, ਥੋੜ੍ਹਾ ਕੱਚਾ ਰੱਖਣਾ ਕਿਉਂਕਿ ਇਹਨੂੰ ਤਾਂ ਲੋਕ ਸੈਲਡ 'ਚ ਵੀ ਖਾਂਦੇ ਨੇ ਨਾ ਕੱਚਾ, ਸੋ ਇਹਨੂੰ ਜ਼ਿਆਦਾ ਕੁੱਕ ਨਹੀਂ ਕਰਨਾ। ਹੁਣ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਮਿਲਕ, ਫੁੱਲ ਕਰੀਮ ਹੋਏ ਤਾਂ ਹੋਰ ਵੀ ਵਧੀਆ ਕਿਉਂਕਿ ਇਹਨੂੰ ਬੜਾ ਕਰੀਮੀ ਟੈਕਸਚਰ ਦੇਣਾ। ਦੈਨ ਐਡ ਸਮ ਮਯੋਨੀਜ਼, ਇੱਕ ਕੱਪ 'ਚ ਮੈਂ ਅਲੱਗ ਕੱਢ ਕੇ ਰੱਖ ਲਈ ਸੀ। ਹੁਣ ਆਹ ਸਾਰੇ ਜਿਹੜੇ ਮਸਾਲੇ ਸਨ, ਨਮਕ, ਚਿੱਲੀ ਫਲੈਕਸ, ਓਰੀਗੈਨੋ ਲੀਵਸ ਅਤੇ ਬਲੈਕ ਪੈਪਰ ਇਕੱਠਾ ਪਾ ਦੇਣਾ, ਜ਼ਿਆਦਾ ਟਾਈਮ ਨਹੀਂ ਲਾਉਣਾ ਅਤੇ ਫਟਾਫਟ ਇਹਨੂੰ ਹਿਲਾਉਂਦੇ ਰਹਿਣਾ। ਹੁਣ ਇਹਦੇ ਵਿੱਚ ਐਡ ਕਰਾਂਗੇ ਅਮੂਲ ਚੀਜ਼, ਅਤੇ ਜਿਵੇਂ ਹੀ ਇਹ ਚੰਗੀ ਤਰ੍ਹਾਂ ਮੈਲਟ ਹੋ ਜਾਏ ਤੁਹਾਨੂੰ ਪਤਾ ਚੱਲ ਜੂਗਾ ਕਿ ਇਹ ਬਹੁਤ ਕਰੀਮੀ ਜਿਹਾ ਹੋ ਗਿਆ ਹੈ, ਬਹੁਤ ਹੀ ਗਾੜੀ ਜਿਹੀ ਹੋ ਜਾਏਗੀ ਗ੍ਰੇਵੀ, ਇਹਨੂੰ ਹਿਲਾਉਂਦੇ ਰਹਿਣਾ। ਹੁਣ ਇਹਦੇ ਵਿੱਚ ਟਾਈਮ ਆ ਚੁੱਕਿਆ ਸਾਡਾ ਬੋਇਲਡ ਪਾਸਤਾ ਐਡ ਕਰਨ ਦਾ, ਪਾਸਤਾ ਪਾ ਦੇਣਾ ਇਹਦੇ ਵਿੱਚ ਅਤੇ ਨਾਲੋਂ ਨਾਲ ਇਹਨੂੰ ਹਿਲਾਉਂਦੇ ਰਹਿਣਾ ਤਾਂ ਕਿ ਚੰਗੀ ਤਰ੍ਹਾਂ ਕਰੀਮ ਅਤੇ ਪਾਸਤਾ ਮਿਕਸ ਹੋ ਜਾਣ। ਬਹੁਤ ਵਧੀਆ ਖੁਸ਼ਬੂ ਆਉਣ ਡਈ ਹੈ, ਵੀਡੀਓ ਵਿੱਚ ਤੁਸੀਂ ਚੰਗੀ ਤਰ੍ਹਾਂ ਬਸ ਵੇਖ ਸਕਦੇ ਹੋ, ਸਮੈਲ ਇਹਨੂੰ ਮੈਂ ਹੀ ਕਰ ਸਕਦੀ ਹਾਂ। So guys, this is it for this video. Thank you so much for watching. Please subscribe my channel. Teya sada garma garam pasta ready hai. Hun bacche kha ke dassange how is it?